डियर स्टूडेंट्स वेलकम। आज की वीडियो दे विच असीं गल करांगे रीडिंग एंड रिफलैक्टिंग ऑन टैक्सट जिहड़ा तुहाडा पेपर है। इहदे विच पुस्तकां दा लिंग वातावरण अते सिहत दे आधार ते प्रतिबिंबन, क्योंकि इस टॉपिक दे नाल रिलेटड काफ़ी बच्चों नूं प्रॉब्लम आ रही है, तो इस दे विच असीं पूरा जिहड़ा डिटेल दे विच इहनूं हल करांगे। तो इस तों बाद इंग्लिश मीडियम दे विच वी जिहड़ी वीडियो मैं अपलोड करूँगी। तो इहदे विच की हुंदा कि एक पुस्तक होंदी है जिहड़ी, उहदे विच लेखक दे मूल शब्द हुंदे ने, मीनस जिहड़े उहने आप लिखे हुंदे ने, ते कुछ तस्वीरां भी मौजूद हुंदियां ने जो कि उम्र ते विषय दे मुताबिक वख-वख तरहां दीआं हुंदियां ने। हुण जेकर असीं सिंपल जी एग्जाम्पल लईए, हुण छोटे बच्चे ने जिहड़ियां बुक्स हुंदियां बहुत ज़्यादा कलरफुल हुंदी है, ते जिहड़ी जिहड़ी चीज़ उहनां नूं समझाउण दी कोशिश कीती जांदी है उह शब्द ते नाल नाल उहदी फोटो भी उत्थे लगी हुंदी है। बट ज्यों ज्यों जमातां वड्डियां हुंदियां जांदियां ने, बच्चे वड्डे हुंदे जांदे ने, फोटोआं ਘਟਦੀਆਂ ਜਾਂਦੀਆਂ ਨੇ ਅਤੇ ਜਿਹੜੇ ਅੱਖਰ ਨੇ ਉਹ ਵੱਧਦੇ ਜਾਂਦੇ ਨੇ। ਇਹਨਾਂ ਪੁਸਤਕਾਂ ਦੇ ਨਾਲ ਬੱਚੇ ਦੇ ਅੰਦਰ ਜਿਹੜੀ ਬੁਨਿਆਦੀ ਸਿੱਖਿਆ ਮੀਨਸ ਬੇਸਿਕ ਐਜੂਕੇਸ਼ਨ ਹੈ ਅਤੇ ਸਮਾਜ ਦਾ ਜਿਹੜਾ ਵੱਖ ਵੱਖ ਸੱਭਿਆਚਾਰ ਆ ਉਹਦਾ ਵਿਕਾਸ ਹੁੰਦਾ। ਅਤੇ ਪਿਛਲੇ 30 ਸਾਲਾਂ ਤੋਂ ਜਿਹੜੀ ਖੋਜ ਕੀਤੀ ਗਈ ਹੈ ਉਹਦੇ ਵਿੱਚ ਇਹ ਵੀ ਪਤਾ ਚੱਲਦਾ ਕਿ ਖਾਸ ਕਰਕੇ ਜਿਹੜੀਆਂ ਪੁਸਤਕਾਂ ਨੇ, ਕਿਤਾਬਾਂ ਨੇ, ਇਹ ਬੱਚਿਆਂ ਦੇ ਲਈ ਸਭ ਤੋਂ ਜ਼ਿਆਦਾ ਫਾਇਦੇਮੰਦ ਨੇ ਅਤੇ ਇਹਦੇ ਨਾਲ ਸਿੱਖਿਆ ਦੀ ਜਿਹੜੀ ਵਿਸ਼ੇਸ਼ਤਾ ਕਹਿ ਲਓ ਜਾਂ ਕੁਆਲਿਟੀ ਕਹਿ ਲਓ ਉਹਦੇ ਵਿੱਚ ਵੀ ਵਾਧਾ ਹੁੰਦਾ ਹੈ। ਕਿਉਂਕਿ ਕਿਤਾਬ ਇੱਕ ਇਸ ਤਰ੍ਹਾਂ ਦਾ ਟੂਲ ਹੈ ਜਿਹੜਾ ਕਿ ਟੀਚਰ ਅਤੇ ਸਟੂਡੈਂਟ ਦੋਵਾਂ ਦੇ ਲਈ ਬੈਨੀਫਿਸ਼ਲ ਹੈ ਅਤੇ ਨਾਲ ਨਾਲ ਪੇਰੈਂਟਸ ਦੇ ਲਈ ਵੀ ਹੈ। ਕਿਉਂਕਿ ਟੀਚਰ ਸਕੂਲ ਦੇ ਵਿੱਚ ਕੰਮ ਕਰਵਾ ਰਿਹਾ ਅਤੇ ਬੱਚੇ ਕਰ ਰਹੇ ਨੇ, ਅਤੇ ਘਰ ਦੇ ਵਿੱਚ ਪੇਰੈਂਟਸ ਬੱਚੇ ਨੂੰ ਉਹਦਾ ਪੈਂਡਿੰਗ ਹੋਮਵਰਕ ਵੀ ਕਰਾ ਸਕਦੇ ਨੇ, ਐਕਸਟਰਾ ਵੀ ਕਰਾ ਸਕਦੇ ਨੇ, ਅਤੇ ਪੇਪਰਾਂ ਦੇ ਟਾਈਮ ਵੀ ਜ਼ਰੂਰਤ ਪੈਂਦੀ ਹੈ। ਹੁਣ ਅਸੀਂ ਗੱਲ ਕਰਾਂਗੇ ਟੈਕਸਟ ਬੁੱਕਸ ਐਜ਼ ਟੂਲਸ ਫੋਰ ਐਜੂਕੇਸ਼ਨ। ਹੁਣ ਸਿੱਖਿਆ ਦੇ ਵਿੱਚ ਜਿਹੜੀਆਂ ਪੁਸਤਕਾਂ ਨੇ ਉਹ ਇੱਕ ਸੰਦ ਦੀ ਤਰ੍ਹਾਂ, ਟੂਲ ਦੀ ਤਰ੍ਹਾਂ ਕਿਵੇਂ ਵਰਕ ਕਰਦੀਆਂ ਨੇ, ਕੰਮ ਕਰਦੀਆਂ ਨੇ। ਪੁਸਤਕਾਂ ਦੇ ਨਾਲ ਅਸੀਂ ਹਰ ਤਰ੍ਹਾਂ ਦੀ ਜਿਹੜੀ ਸੂਚਨਾ ਹੈ ਮੀਨਸ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਜਿਹੜੀ ਕਿ ਉਹਨਾਂ ਦੇ ਨਾਲ ਸੰਬੰਧਿਤ ਆ ਉਹ ਅਸੀਂ ਪ੍ਰਾਪਤ ਕਰ ਸਕਦੇ ਹਾਂ। ਇਹਦੇ ਨਾਲ ਨਾ ਕੇਵਲ ਸਾਡੀ ਪੜ੍ਹਨ ਅਤੇ ਲਿਖਣ ਦੀ ਯੋਗਤਾ ਵੱਧਦੀ ਹੈ, ਸਗੋਂ ਵਿਦਿਆਰਥੀਆਂ ਦੇ ਵਿੱਚ ਜਿਹੜੀ ਆਲੋਚਨਾਤਮਕ ਸੋਚ ਹੈ, ਉਹਨਾਂ ਦੀ ਜਿਹੜੀ ਕ੍ਰਿਟੀਕਲ ਥਿੰਕਿੰਗ ਹੈ, ਆਜ਼ਾਦੀ ਅਤੇ ਜਿਹੜੀ ਸਿਰਜਣਸ਼ੀਲਤਾ ਹੈ ਮੀਨਸ ਕ੍ਰੀਏਟਿਵਿਟੀ ਹੈ, ਇਸ ਤਰ੍ਹਾਂ ਦੇ ਜਿਹੜੇ ਗੁਣ ਨੇ ਉਹ ਵੀ ਡਿਵੈਲਪ ਹੁੰਦੇ ਨੇ। ਅੱਜ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਨੇ ਉਹਨਾਂ ਦੇ ਵਿੱਚ ਸਿਰਫ ਪੁਸਤਕਾਂ ਤੋਂ ਇਲਾਵਾ ਹੋਰ ਸਾਧਨਾਂ ਤੱਕ ਪਹੁੰਚ ਕਰਨੀ ਬਹੁਤ ਮੁਸ਼ਕਿਲ ਹੈ, ਕਿਉਂਕਿ ਸਾਰੇ ਜਿਹੜੇ ਸਾਧਨ ਨੇ ਬਹੁਤ ਮਹਿੰਗੇ ਨੇ। ਹੁਣ ਜੇਕਰ ਅਸੀਂ ਇੱਕ ਸਮਾਰਟਫੋਨ ਦੀ ਗੱਲ ਕਰੀਏ ਤਾਂ ਉਹ ਵੀ ਬਹੁਤ ਜ਼ਿਆਦਾ ਕੋਸਟਲੀ ਹੈ। ਬਸ ਇੱਕ ਜਿਹੜੀ ਬੁੱਕ ਇਸ ਤਰ੍ਹਾਂ ਦਾ ਟੂਲ ਹੈ, ਸਾਧਨ ਹੈ ਜਿਹੜਾ ਕਿ ਪੂਅਰ ਤੋਂ ਪੂਅਰ ਵਿਅਕਤੀ ਵੀ ਆਪਣੇ ਬੱਚਿਆਂ ਦੇ ਲਈ ਪਰਚੇਜ਼ ਕਰ ਸਕਦਾ ਹੈ। ਇਸ ਲਈ ਸਾਡੀ ਜਿਹੜੀ ਸਿੱਖਿਆ ਨੀਤੀ ਹੈ ਉਹਦੇ 'ਚ ਪੁਸਤਕਾਂ ਦਾ ਬੱਚਿਆਂ ਤੱਕ ਪਹੁੰਚਣਾ ਸਭ ਤੋਂ ਅਹਿਮ ਸੁਝਾਅ ਹੁੰਦਾ ਹੈ। ਮੀਨਜ਼ ਕਿ ਜਿਹੜੀਆਂ ਕਿਤਾਬਾਂ ਨੇ ਉਹ ਇੰਨੀ ਕੁ ਕੋਸਟਲੀਆਂ ਹੋਣੀ ਚਾਹੀਦੀਆਂ ਨੇ ਕਿ ਸਾਰੇ ਬੱਚਿਆਂ ਦੀ ਪਹੁੰਚ ਦੇ ਵਿੱਚ ਹੋਣ। ਕਈ ਵਾਰ ਅਧਿਆਪਕਾਂ ਦੇ ਲਈ ਪੁਸਤਕਾਂ ਦਾ ਹੋਣਾ ਸਭ ਤੋਂ ਆਖਰੀ ਸਾਧਨ ਮੰਨਿਆ ਜਾਂਦਾ, ਕਿਉਂਕਿ ਕਿਤਾਬਾਂ 'ਚ ਪਾਠਕ੍ਰਮ ਦੇ ਜਿਹੜੇ ਸਧਾਰਨ ਤੱਤ ਨੇ ਉਹ ਹੁੰਦੇ ਨੇ। ਸਿੱਖਿਆ ਦੇ ਵਿੱਚ ਮੌਜੂਦ ਸਾਰੇ ਸਾਧਨਾਂ ਨਾਲੋਂ ਜਿਹੜੀਆਂ ਪੁਸਤਕਾਂ ਨੇ ਉਹ ਸਭ ਤੋਂ ਸਸਤੀਆਂ ਨੇ। ਹੁਣ ਅਸੀਂ ਗੱਲ ਕੀਤੀ ਸੀ ਕਿ ਜੇਕਰ ਅਸੀਂ ਸਮਾਰਟਫੋਨ ਲੈਣਾ ਤਾਂ ਬਹੁਤ ਜ਼ਿਆਦਾ ਕੋਸਟਲੀ ਹੁੰਦਾ ਹੈ। ਟੈਕਸਟ ਬੁੱਕਸ ਐਜ਼ ਟੂਲਸ ਫੋਰ ਸੋਸ਼ਲ ਚੇਂਜ। ਹੁਣ ਸਮਾਜਿਕ ਪਰਿਵਰਤਨ ਦੇ ਵਿੱਚ, ਸੋਸ਼ਲ ਚੇਂਜ ਲਿਆਉਣ ਦੇ ਵਿੱਚ ਵੀ ਜਿਹੜੀਆਂ ਪੁਸਤਕਾਂ ਨੇ ਉਹ ਇੱਕ ਟੂਲ ਦੀ ਤਰ੍ਹਾਂ ਕੰਮ ਕਰਦੀਆਂ ਨੇ। ਸਭ ਤੋਂ ਪਹਿਲਾਂ ਇਹਨਾਂ ਨਾਲ ਕੀ ਹੁੰਦਾ, ਸਮਾਜੀਕਰਨ ਹੁੰਦਾ, ਸੋਸ਼ਲਾਈਜੇਸ਼ਨ। ਪੁਸਤਕਾਂ ਸਮਾਜ ਦੇ ਹਰ ਇੱਕ ਪਹਿਲੂ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਨੇ ਅਤੇ ਆਪਣੀ ਸੂਚਨਾ ਦੇ ਨਾਲ ਸਮਾਜ ਦੇ ਜਿਹੜੇ ਆਦਰਸ਼ ਹੁੰਦੇ ਨੇ, ਕਦਰਾਂ ਕੀਮਤਾਂ ਹੁੰਦੀਆਂ ਨੇ, ਇਹਨਾਂ ਦਾ ਵਿਸਥਾਰ ਰੂਪ ਦੇ ਵਿੱਚ ਵਰਣਨ ਕਰਦੀਆਂ ਨੇ। ਜਿਵੇਂ ਕਿ ਅਸੀਂ ਆਪਣੇ ਪੰਜਾਬ ਦੇ ਕਲਚਰ ਦੀ ਗੱਲ ਕਰੀਏ ਤਾਂ ਹੁਣ ਇਹ ਸਾਨੂੰ ਜੇਕਰ ਇੰਨਾ ਡੀਪਲੀ ਪਤਾ ਉਹ ਕਿਤਾਬਾਂ ਦੀ ਸਹਾਇਤਾ ਦੇ ਨਾਲ ਪਤਾ, ਕਿਉਂਕਿ ਜਿਹੜੇ ਲੋਕ ਇੰਨੇ ਜ਼ਿਆਦਾ ਕਲਚਰ ਦੇ ਨਾਲ ਜੁੜੇ ਹੋਏ ਸੀ ਉਹ ਪੁਰਾਣੀਆਂ ਲੋਕ ਉਹ ਖਤਮ ਹੋ ਰਹੇ ਨੇ। ਇਸ ਕਰਕੇ ਹੁਣ ਜਿਹੜੀ ਸਾਡੀ ਸੋਸ਼ਲਾਈਜੇਸ਼ਨ ਹੁਣ ਤੱਕ ਹੋਈ ਵੀ ਹੈ ਉਹ ਕਿਤਾਬਾਂ ਦੀ ਸਹਾਇਤਾ ਦੇ ਨਾਲ ਹੀ ਹੋਈ ਹੈ। ਅੱਗੇ ਹੈ ਮਨੁੱਖੀ ਹੱਕ, ਹਿਊਮਨ ਰਾਈਟਸ। ਇਹ ਤੋਂ ਭਾਵ ਹੈ ਕਿ ਪੁਸਤਕਾਂ ਦੇ ਰਾਹੀਂ ਵਿਸ਼ਵ ਪੱਧਰੀ ਜਿਹੜੇ ਹਿਊਮਨ ਰਾਈਟਸ ਨੇ, ਜਿਹੜੇ ਮਨੁੱਖੀ ਹੱਕ ਨੇ, ਉਹਨਾਂ ਦਾ ਸਾਰਿਆਂ ਤੱਕ ਪਹੁੰਚਣਾ, ਅਤੇ ਨਾ ਕੇਵਲ ਚਿੰਤਨ ਦੇ ਆਧਾਰ 'ਤੇ ਬਲਕਿ ਸਾਰੇ ਮਨੁੱਖਾਂ ਨੂੰ ਬਰਾਬਰ ਦੇ ਹੱਕ ਦੇਣੇ ਅਤੇ ਇਹਨਾਂ ਹੱਕਾਂ ਬਾਰੇ ਜਾਣਨ ਤੋਂ ਜ਼ਿਆਦਾ ਸੂਚਨਾ ਪ੍ਰਦਾਨ ਕਰਨੀ। ਇਹਦੇ ਕੰਮ ਵੀ ਕੌਣ ਕਰ ਰਿਹਾ ਹੈ? ਬੁੱਕਸ ਕੰਮ ਕਰ ਰਹੀਆਂ ਨੇ। ਹੁਣ ਹੈ ਐਜੂਕੇਸ਼ਨ ਐਂਡ ਜੈਂਡਰ ਇਕੁਆਲਿਟੀ, ਸਿੱਖਿਆ ਅਤੇ ਲਿੰਗ ਦੀ ਬਰਾਬਰਤਾ। 1948 ਦੇ ਜਿਹੜੇ ਹਿਊਮਨ ਰਾਈਟਸ ਨੇ, ਜਿਨ੍ਹਾਂ ਨੂੰ 1948 ਯੂਨੀਵਰਸਲ ਡਿਕਲੇਰੇਸ਼ਨ ਆਫ ਹਿਊਮਨ ਰਾਈਟਸ ਵੀ ਕਿਹਾ ਜਾਂਦਾ ਹੈ, ਅਤੇ 1950 ਦੇ ਵਿੱਚ 1950 ਦੀ ਜਿਹੜੀ ਚੌਥੀ ਵਰਲਡ ਲੈਵਲ ਦੀ ਕਾਨਫਰੰਸ ਹੋਈ ਸੀ ਉਹਦੇ ਵਿੱਚ ਔਰਤਾਂ, ਲੜਕੀਆਂ ਅਤੇ ਜਿਹੜੇ ਪਛੜੇ ਹੋਏ ਵਰਗ ਸੀ
ਉਹਨਾਂ ਨੂੰ ਮਨੁੱਖੀ ਹੱਕਾਂ ਦਾ ਅਹਿਮ ਹਿੱਸਾ ਮੰਨਿਆ ਗਿਆ ਸੀ। ਮੀਨਜ਼ ਜਿਹੜੇ ਹਿਊਮਨ ਰਾਈਟਸ ਨੇ ਇਹਨਾਂ ਨੂੰ ਵੀ ਦੇਣੇ ਬਹੁਤ ਜ਼ਰੂਰੀ ਨੇ। ਅਤੇ ਇਸ ਸਾਰੇ ਮੂਲ ਪਾਠ ਦੇ ਵਿੱਚੋਂ ਜਿਹੜੀ ਰਾਈਟ ਟੂ ਐਜੂਕੇਸ਼ਨ ਫੋਰ ਆਲ, ਉਹਨੂੰ ਬਰਾਬਰ ਦੇ ਅਧਿਕਾਰਾਂ ਦੇ ਲਈ ਅਹਿਮ ਹਿੱਸਾ ਮੰਨਿਆ ਗਿਆ। ਹੁਣ ਆਪਣੇ ਸੰਵਿਧਾਨ ਦੇ ਵਿੱਚ ਕੀ ਦਰਜ ਹੈ ਕਿ ਜਿਹੜਾ ਰਾਈਟ ਟੂ ਐਜੂਕੇਸ਼ਨ ਮੀਨਜ਼ ਸਿੱਖਿਆ ਲੈਣ ਦਾ ਅਧਿਕਾਰ ਸਾਰਿਆਂ ਨੂੰ ਹੈ। ਅਤੇ ਨਾਲ ਨਾਲ ਕੀ ਦਿੱਤਾ ਗਿਆ ਕਿ ਜਿੰਨੇ 6 ਤੋਂ 14 ਸਾਲ ਤੱਕ ਦੀ ਉਮਰ ਦੇ ਬੱਚੇ ਨੇ ਉਹਨਾਂ ਦੀ ਐਜੂਕੇਸ਼ਨ ਟੋਟਲੀ ਫਰੀ ਅਤੇ ਨਾਲ ਨਾਲ ਕੰਪਲਸਰੀ ਹੋਣੀ ਚਾਹੀਦੀ ਹੈ। ਫਿਰ ਪੁਸਤਕਾਂ ਦੇ ਵਿੱਚ ਜਿਹੜਾ ਲਿੰਗ ਚਿਤਰਨ ਹੈ ਉਹਨੂੰ ਸੱਭਿਆਚਾਰ ਦੇ ਨਾਲ ਜੋੜਿਆ ਜਾਂਦਾ, ਜਿਵੇਂ ਕਿ ਸਮਾਜਿਕ ਵੰਡ ਦੇ ਅਨੁਸਾਰ ਲਿੰਗ ਨੂੰ ਪੁਲਿੰਗ ਅਤੇ ਇਸਤਰੀ ਲਿੰਗ ਕਿਹਾ ਜਾਂਦਾ। ਹੁਣ ਲਿੰਗ ਨੂੰ ਦੋ ਦੇ ਵਿੱਚ ਵੰਡਿਆ ਗਿਆ, ਇੱਕ ਪੁਲਿੰਗ ਅਤੇ ਦੂਸਰਾ ਹੈ ਇਸਤਰੀ ਲਿੰਗ। ਲਿੰਗ ਨੂੰ ਸਮਾਜਿਕ ਵੰਡ ਦੇ ਅਨੁਸਾਰ ਹੀ ਵੱਖ ਵੱਖ ਜਿਹੜੇ ਗੁਣ ਨੇ, ਸ਼ੌਂਕ ਨੇ, ਦ੍ਰਿਸ਼ਟੀਕੋਣ, ਭੂਮਿਕਾ ਅਤੇ ਜ਼ਿੰਮੇਦਾਰੀਆਂ ਦੇ ਨਾਲ ਪੇਸ਼ ਕੀਤਾ ਜਾਂਦਾ। ਜਿਵੇਂ ਕਿ ਅਸੀਂ ਆਪਣੀ ਸੋਸਾਇਟੀ ਦੇ ਵਿੱਚ ਗੱਲ ਕਰਦੇ ਹਾਂ ਤਾਂ ਜਿਹੜੇ ਜੈਂਟਸ ਨੇ ਉਹ ਮੋਸਟਲੀ ਬਾਹਰ ਕੰਮ ਕਰਦੇ ਸੀ ਪੁਰਾਣੇ ਸਮੇਂ ਦੇ ਵਿੱਚੋਂ, ਜੇਕਰ ਅਸੀਂ ਥੋੜ੍ਹਾ ਜਿਹਾ ਦੇਖੀਏ, ਅਤੇ ਜਿਹੜੀਆਂ ਲੇਡੀਜ਼ ਸੀ ਉਹ ਘਰ ਦੇ ਕੰਮ ਕਰਦੀਆਂ ਸੀ। ਮੀਨਜ਼ ਉਹਨਾਂ ਦੀ ਜਿਹੜੀ ਜ਼ਿੰਮੇਵਾਰੀਆਂ ਸੀ ਉਹ ਵੱਖ ਵੱਖ, ਉਹਦੇ ਅਕੋਰਡਿੰਗ ਹੀ ਜਿਹੜੀਆਂ ਐਜੂਕੇਸ਼ਨ ਆ ਉਹ ਦਿੱਤੀ ਜਾਂਦੀ ਸੀ। ਅਸੀਂ ਪੁਸਤਕਾਂ ਨੂੰ ਇੱਕ ਅਧਿਆਪਨ ਸੰਦ ਦੀ ਤਰ੍ਹਾਂ ਵਰਤੋਂ ਦੇ ਵਿੱਚ ਲਿਆ ਕੇ ਜਿਹੜੀ ਲਿੰਗ ਦੀ ਬਰਾਬਰਤਾ, ਮੀਨਜ਼ ਜੈਂਡਰ ਇਕੁਆਲਿਟੀ ਹੈ, ਉਹ ਲਿਆਉਣ ਦੇ ਲਈ ਇੱਕ ਜਿਹੜਾ ਠੋਸ ਕਦਮ ਹੈ ਉਹ ਚੱਕ ਸਕਦੇ ਹਾਂ। ਮੀਨਜ਼ ਜਿਹੜੀਆਂ ਬੁੱਕਸ ਨੇ ਜਾਂ ਜੇ ਕਹਿ ਲਓ ਵੀ ਐਜੂਕੇਸ਼ਨ ਹੈ ਉਹ ਜੈਂਡਰ ਇਕੁਆਲਿਟੀ ਲਿਆਉਣ ਦੇ ਵਿੱਚ ਵੀ ਹੈਲਪਫੁੱਲ ਹੈ। ਹੁਣ ਮੈਥਮੈਟਿਕਸ ਦੀ ਬੁੱਕ ਦੇ ਵਿੱਚ ਲਿੰਗ ਦਾ ਚਿਤਰਨ, ਸਾਰੇ ਵਿਸ਼ਿਆਂ ਦਾ ਹੋਣਾ ਬੇਹੱਦ ਜ਼ਰੂਰੀ। ਮੈਥ ਤੋਂ ਇਲਾਵਾ ਹਰ ਇੱਕ ਵਿਸ਼ੇ ਦੇ ਵਿੱਚ ਜਿਹੜੇ ਸਮਾਜਿਕ ਚਿੱਤਰ ਨੇ ਉਹਨਾਂ ਦਾ ਵਰਣਨ ਕੀਤਾ ਗਿਆ। ਇਹਦੇ ਲਈ ਹਿਸਾਬ ਦੀ ਜਿਹੜੀ ਪਾਠ ਪੁਸਤਕ ਹੈ ਉਹਨੂੰ ਲਿੰਗ ਆਧਾਰਿਤ ਉਦਾਹਰਣਾਂ ਦਾ ਪੇਸ਼ ਕਰਨਾ ਬਹੁਤ ਜ਼ਰੂਰੀ ਹੈ। ਮੀਨਜ਼ ਜਿਹੜੀ ਮੈਥ ਦੀ ਟੈਕਸਟ ਬੁੱਕ ਹੈ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਉਦਾਹਰਣਾਂ ਦਿੱਤੀਆਂ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਕਿ ਜੈਂਡਰ ਬੇਸਡ ਹੋਣ। ਇਕੱਲਾ ਇਹ ਨਹੀਂ ਜਿਵੇਂ ਹੁਣ ਨਾਮ ਦਿੱਤਾ ਹੁੰਦਾ ਕਿ ਮੋਹਨ, ਸੋਹਨ, ਤਾਂ ਅਸੀਂ ਇੱਥੇ ਵੀ ਗਰਲਸ ਦੇ ਨਾਂ ਵੀ ਵਰਤ ਸਕਦੇ ਹਾਂ, ਰਾਧਾ, ਸੀਤਾ। ਸ਼ੁਰੂ ਤੋਂ ਇਹ ਮੰਨਿਆ ਜਾਂਦਾ ਕਿ ਜਿਹੜੇ ਮੁੰਡੇ ਨੇ ਉਹਨਾਂ ਨੂੰ ਸਾਇੰਸ ਅਤੇ ਜਿਹੜੀ ਟੈਕਨੋਲੋਜੀ ਸਬਜੈਕਟ ਨੇ ਇਹਨਾਂ ਦੇ ਵਿੱਚ ਜ਼ਿਆਦਾ ਇੰਟਰਸਟ ਹੁੰਦਾ ਅਤੇ ਇਹਦੇ ਵਿੱਚ ਇੰਟੈਲੀਜੈਂਟ ਵੀ ਹੁੰਦੇ ਨੇ। ਅਤੇ ਲੜਕੀਆਂ ਦੇ ਲਈ ਸਮਾਜਿਕ ਸਿੱਖਿਆ ਜਿਹੜਾ ਸਬਜੈਕਟ ਆ ਉਹ ਵਧੀਆ ਮੰਨਿਆ ਜਾਂਦਾ। ਅਤੇ ਇਹ ਜਿਹੜਾ ਕੰਸੈਪਟ ਹੈ ਇਹਨੂੰ ਖਤਮ ਕਰਨ ਦੇ ਲਈ ਜਿਹੜੀਆਂ ਬੁੱਕਸ ਨੇ ਉਹ ਬਹੁਤ ਜ਼ਰੂਰੀ ਨੇ, ਇੱਕ ਪੋਜ਼ਿਟਿਵ ਟੂਲ ਦੀ ਤਰ੍ਹਾਂ ਕੰਮ ਕਰਦੀਆਂ ਨੇ। ਕਿਉਂਕਿ ਜੇਕਰ ਅਸੀਂ ਬੁੱਕਸ ਦੇ ਵਿੱਚੋਂ ਇਸ ਤਰ੍ਹਾਂ ਦਾ ਡਿਫਰੈਂਸ ਖਤਮ ਕਰ ਦਿਆਂਗੇ ਤਾਂ ਆਟੋਮੈਟਿਕਲੀ ਇਹ ਚੀਜ਼ਾਂ ਘਟਦੀਆਂ ਜਾਣਗੀਆਂ। ਹੁਣ ਅਸੀਂ ਗੱਲ ਕਰਾਂਗੇ ਇਨਵਾਇਰਮੈਂਟ ਰੀਪ੍ਰੈਜੈਂਟੇਸ਼ਨ ਇਨ ਟੈਕਸਟ ਬੁੱਕਸ, ਜਿਹੜੀਆਂ ਇਨਵਾਇਰਮੈਂਟ ਦੇ ਨੂੰ ਰੀਪ੍ਰੈਜੈਂਟ ਕੀਤਾ ਟੈਕਸਟ ਬੁੱਕ ਦੇ ਵਿੱਚ, ਉਹਦੇ ਬਾਰੇ ਗੱਲ ਕਰਾਂਗੇ। ਵਾਤਾਵਰਨ ਨੂੰ ਜਿਹੜੇ ਇਹਦੇ ਵੱਖ ਵੱਖ ਪ੍ਰਸੰਗ ਹੁੰਦੇ ਨੇ ਉਹਨਾਂ ਨੂੰ ਸਕੂਲ ਦੇ ਵਿਸ਼ੇ ਦੇ ਨਾਲ ਜੋੜ ਕੇ ਪੜ੍ਹਾਉਣਾ ਚਾਹੀਦਾ। ਅਤੇ ਸਮਾਜਿਕ ਸਿੱਖਿਆ ਵਾਲੇ ਵਿਸ਼ੇ ਦੇ ਵਿੱਚ ਜਿਵੇਂ ਪਰਿਵਾਰ, ਨਾਗਰਿਕਤਾ, ਘਰ, ਸਕੂਲ, ਸਮਾਜ ਦੇ ਵਿੱਚ ਸਫਾਈ, ਪਾਣੀ, ਤਾਪਮਾਨ, ਕੁਦਰਤੀ ਸੰਸਾਧਨ, ਵਾਤਾਵਰਨ ਦਾ ਚੀਜ਼ਾਂ ਦੇ ਵਿੱਚ ਆਪਸੀ ਜਿਹੜਾ ਮੇਲ ਜੋਲ ਆ ਉਹ ਕੀ ਹੈ ਵਾਤਾਵਰਨ ਦੇ ਵਿੱਚ, ਪਰਿਸਥਿਤੀ ਵਿਗਿਆਨ, ਜੀਵ ਜੰਤੂ, ਊਰਜਾ, ਬਿਮਾਰੀਆਂ, ਹਵਾ ਵਗੈਰਾ, ਇਹਨਾਂ ਚੀਜ਼ਾਂ ਦੇ ਬਾਰੇ ਦੱਸਿਆ ਜਾਂਦਾ। ਕਿਹੜੇ ਸਬਜੈਕਟ ਦੇ ਵਿੱਚ? ਇਨਵਾਇਰਮੈਂਟ ਦੇ ਵਿੱਚ। ਉਹਨੂੰ ਅਸੀਂ ਸਕੂਲ ਦੇ ਜਿਹੜੇ ਵਾਤਾਵਰਨ ਦੇ ਵੱਖ ਵੱਖ ਪ੍ਰਸੰਗ ਨੇ, ਮੀਨਜ਼ ਜਿਹੜੇ ਇਹਦੇ ਵਿੱਚ ਕੰਟੈਕਸਟ ਦਿੱਤੇ ਹੁੰਦੇ ਨੇ ਪੜ੍ਹਾਉਣ ਦੇ ਲਈ, ਉਹਨੂੰ ਸਕੂਲ ਦੇ ਸਬਜੈਕਟ ਦੇ ਨਾਲ ਜੋੜ ਕੇ ਪੜ੍ਹਾਉਣਾ। ਅਤੇ ਸਮਾਜਿਕ ਸਿੱਖਿਆ ਦੇ ਵਿੱਚ ਜਿਹੜੇ ਟੋਪਿਕ ਹੋਣੇ ਦੱਸੇ ਨੇ ਉਹ ਇਸ ਤਰ੍ਹਾਂ ਦੇ ਜਿਹੜੇ ਵਿਸ਼ੇ ਨੇ ਉਹ ਸੋਰੀ ਟੋਪਿਕ ਨੇ ਉਹ ਹੋਣੇ ਚਾਹੀਦੇ ਨੇ। ਹੈਲਥ ਰੀਪ੍ਰੈਜੈਂਟੇਸ਼ਨ ਇਨ ਟੈਕਸਟ ਬੁੱਕਸ, ਹੁਣ ਕਿਤਾਬਾਂ ਦੇ ਵਿੱਚ ਸਿਹਤ ਦਾ ਚਿਤਰਨ। ਸਿਹਤ ਬਾਰੇ ਪ੍ਰਚਾਰ ਕਰਕੇ ਅਸੀਂ ਲੋਕਾਂ ਨੂੰ ਇਸ ਕਾਬਲ ਸਸ਼ਕਤੀਕਰਨ ਕਰ ਸਕਾਂਗੇ ਜਿਹਦੇ ਨਾਲ ਉਹ ਆਪਣੀ ਜਿਹੜੀ ਤੰਦਰੁਸਤੀ ਹੈ ਉਹਨੂੰ ਬਣਾਈ ਰੱਖਣਗੇ। ਮੀਨਜ਼ ਲੋਕ ਤੰਦਰੁਸਤ ਰਹਿਣਗੇ। ਸਿਹਤ ਦੇ ਪ੍ਰਚਾਰ ਲਈ ਸਭ ਤੋਂ ਜਿਹੜਾ ਜ਼ਰੂਰੀ ਮਾਧਿਅਮ ਹੈ ਸਿੱਖਿਆ ਨੂੰ ਮੰਨਿਆ ਗਿਆ। ਕਿਹੜੀ ਸਿੱਖਿਆ? ਸਿਹਤ ਸਿੱਖਿਆ, ਫਿਜ਼ੀਕਲ ਐਜੂਕੇਸ਼ਨ। ਅਤੇ ਸਕੂਲਾਂ ਦੇ ਵਿੱਚ ਆਸਾਨੀ ਨਾਲ ਇਸ ਵਿਸ਼ੇ ਦੇ ਉੱਪਰ ਅਸੀਂ ਜਿਹੜੀ ਰੋਸ਼ਨੀ ਆ ਉਹ ਪਾ ਸਕਦੇ ਹਾਂ ਤਾਂ ਜੋ ਜਿਹੜੇ ਬੱਚੇ ਨੇ ਉਹ ਆਪਣੀ ਜਿਹੜੀ ਫਿਜ਼ੀਕਲ ਫਿਟਨੈਸ ਆ ਉਹਦੇ ਵੱਲ ਧਿਆਨ ਦੇ ਸਕਣ। ਯੂਨੀਸੈਫ ਦੇ ਅਕੋਰਡਿੰਗ ਸਕੂਲਾਂ ਨੂੰ ਵਿਸ਼ਵ ਦੇ ਵਿੱਚ, ਪੂਰੇ ਵਰਲਡ ਦੇ ਵਿੱਚ ਸਭ ਤੋਂ ਵੱਡਾ ਸੂਚਨਾ ਬਾਰੇ ਪ੍ਰਸਾਰਣ ਦਾ ਜਿਹੜਾ ਮਾਧਿਅਮ ਹੈ ਉਹ ਮੰਨਿਆ ਜਾਂਦਾ, ਕਿਉਂਕਿ ਸਾਰੇ ਬੱਚੇ ਪੜ੍ਹ ਰਹੇ ਨੇ। ਹੁਣ ਜਿਹੜੇ ਜਿਹੜੇ ਬੱਚੇ ਸਕੂਲ ਦੇ ਵਿੱਚ ਸਿੱਖ ਕੇ ਜਾਣਗੇ, ਜਿਸ ਤਰ੍ਹਾਂ ਦੀ ਇਨਫੋਰਮੇਸ਼ਨ ਉਹ ਇੱਥੋਂ ਲੈ ਕੇ ਜਾਣਗੇ, ਉਸ ਤਰੀਕੇ ਨਾਲ ਹੀ ਆਪਣੀ ਸੋਸਾਇਟੀ ਦੇ ਵਿੱਚ, ਆਪਣੀ ਫੈਮਿਲੀ ਦੇ ਵਿੱਚ ਅਤੇ ਆਪਣੇ ਫਰੈਂਡਸ ਦੇ ਨਾਲ, ਆਂਢ ਗੁਆਂਢ ਦੇ ਨਾਲ ਉਹ ਸ਼ੇਅਰ ਕਰਨਗੇ। ਭਾਵੇਂ ਜਿਹੜੀ ਸੂਚਨਾ ਪਰਿਵਾਰ, ਸਮਾਜ ਜਾਂ ਬੱਚਿਆਂ ਤੱਕ ਹੀ ਪਹੁੰਚਦੀ ਹੋਵੇ, ਬਟ ਫਿਰ ਵੀ ਸਾਰਿਆਂ ਤੱਕ ਪਹੁੰਚਦੀ ਹੈ। ਤੁਸੀਂ ਵੈਸੇ ਵੀ ਦੇਖਿਆ ਹੋਵੇਗਾ ਵੀ ਜਿਹੜੇ ਛੋਟੇ ਬੱਚੇ ਨੇ, ਜੇਕਰ ਉਹ ਸਕੂਲ ਦੇ ਵਿੱਚੋਂ
ਕੋਈ ਵੀ ਨਵੀਂ ਗੱਲ ਸਿੱਖੇ ਜਾਂਦੇ ਨੇ ਤਾਂ ਆਪਣੇ ਪੇਰੈਂਟਸ ਨਾਲ ਜ਼ਰੂਰ ਸ਼ੇਅਰ ਕਰਦੇ ਨੇ। ਸਕੂਲ ਦੀਆਂ ਜਿਹੜੀਆਂ ਪੁਸਤਕਾਂ ਨੇ ਉਹਨਾਂ ਨੂੰ ਸਿਹਤ ਬਾਰੇ ਸਿੱਖਿਆ ਦੇਣ ਦੇ ਲਈ ਇੱਕ ਜਿਹੜਾ ਜ਼ਰੂਰੀ ਭਾਗ ਹੈ ਉਹ ਮੰਨਿਆ ਗਿਆ, ਅਤੇ ਇਹ ਕਲਾਸਰੂਮ ਦੇ ਵਿੱਚ ਸਭ ਤੋਂ ਪ੍ਰਮੁੱਖ ਸੰਦ ਦੇ ਤੌਰ 'ਤੇ, ਪ੍ਰਮੁੱਖ ਮੀਨਸ ਜਿਹੜਾ ਸਭ ਤੋਂ ਅਸੀਂ ਪ੍ਰਿਓਰਟੀ ਬੇਸ 'ਤੇ ਟੂਲ ਕਹਿ ਸਕਦੇ ਹਾਂ, ਉਹਦੇ ਤੌਰ 'ਤੇ ਇਹਨੂੰ ਵਰਤੋਂ ਦੇ ਵਿੱਚ ਅਸੀਂ ਲੈ ਕੇ ਆਉਂਦੇ ਹਾਂ। ਉਦਾਹਰਨ ਦੇ ਤੌਰ 'ਤੇ ਮਿਡ ਡੇ ਮੀਲ ਜਿਹੜੀ ਸਕੀਮ ਹੈ ਉਹਨੂੰ ਹੋਂਦ ਦੇ ਵਿੱਚ ਲਿਆਉਣਾ। ਹੁਣ ਮਿਡ ਡੇ ਮੀਲ ਜਿਹੜੀ ਸਕੀਮ ਹੈ ਉਹ ਕਿਉਂ ਹੋਂਦ ਦੇ ਵਿੱਚ ਲਿਆਂਦੀ ਗਈ ਹੈ? ਕਿਉਂਕਿ ਬੱਚਿਆਂ ਦੀ ਜਿਹੜੀ ਹੈਲਥ ਹੈ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ। ਮੈਥਮੈਟਿਕਸ ਦੇ ਵਿੱਚ ਵਾਤਾਵਰਣ ਨੂੰ ਅਧਿਆਪਨ ਦੀ ਸਮੱਗਰੀ ਦੇ ਤੌਰ 'ਤੇ ਵਰਤੋਂ ਦੇ ਵਿੱਚ ਲਿਆ ਜਾਂਦਾ, ਜਿਵੇਂ ਕਿ ਵੱਖ ਵੱਖ ਆਕਾਰ ਨੇ, ਅਸੀਂ ਸ਼ੇਪਸ ਬਾਰੇ ਪੜ੍ਹਾਉਣਾ, ਕੋਈ ਮੇਜਰਮੈਂਟ ਕਰਾਉਣੀ ਹੈ। ਚਿੱਤਰਕਾਰੀ ਦੇ ਵਿੱਚ ਵਾਤਾਵਰਣ ਦੇ ਤੱਤਾਂ ਦੀ ਜਿਹੜੀ ਵਰਤੋਂ ਉਹ ਕੀਤੀ ਜਾਂਦੀ ਹੈ। ਹਿਸਾਬ ਦੇ ਜਿਹੜੇ ਸਵਾਲ ਨੇ ਉਹ ਵੀ ਵਾਤਾਵਰਣ ਨੂੰ, ਇਨਵਾਇਰਨਮੈਂਟ ਨੂੰ ਪ੍ਰਮੁੱਖ ਰੱਖ ਕੇ ਬਣਾਏ ਜਾਂਦੇ ਨੇ। ਅਤੇ ਅੱਜ ਸੂਚਨਾ ਅਤੇ ਜਿਹੜਾ ਸੰਚਾਰ ਤਕਨੀਕੀ ਦੀ ਮਦਦ ਦੇ ਨਾਲ ਅਸੀਂ ਵਾਤਾਵਰਣ ਬਾਰੇ ਹਰ ਤਰ੍ਹਾਂ ਜਿਹੜੀ ਇਨਫੋਰਮੇਸ਼ਨ ਆ ਉਹ ਕਲੈਕਟ ਕਰ ਸਕਦੇ ਹਾਂ। ਬੱਚਿਆਂ ਨੂੰ ਵਾਤਾਵਰਣ ਦੇ ਅਨੁਸਾਰ ਜਿਹੜੇ ਰੋਜ਼ਗਾਰ ਦੇ ਕੌਸ਼ਲ ਨੇ ਉਹ ਵੀ ਪ੍ਰਦਾਨ ਕਰਾਉਣੇ ਚਾਹੀਦੇ ਨੇ, ਜਿਵੇਂ ਕਿ ਮਿੱਟੀ ਦੇ ਭਾਂਡੇ ਕਿਵੇਂ ਬਣਾਉਣੇ ਆ, ਕੁੰਭਕਾਰੀ, ਟੋਕਰੀਆਂ ਬਣਾਉਣੀਆਂ, ਖੇਤੀਬਾੜੀ, ਸਿਹਤ ਦੀ ਸੰਭਾਲ ਅਤੇ ਵਾਤਾਵਰਣ ਦੀ ਕਦਰ ਕਿਵੇਂ ਕਰਨੀ ਹੈ, ਕਿਵੇਂ ਇਹਨੂੰ ਸੰਭਾਲਣਾ। ਜਿਵੇਂ ਕਿ ਅਸੀਂ ਸਕੂਲ ਦੇ ਵਿੱਚ ਕੋਈ ਪ੍ਰੋਗਰਾਮ ਰੱਖਦੇ ਹਾਂ ਕਿ ਤੁਸੀਂ ਰੁੱਖ ਲਗਾਉਣੇ ਨੇ, ਤਾਂ ਅਸੀਂ ਬੱਚਿਆਂ ਨੂੰ ਨਾਲ ਅਵੇਅਰ ਕਰਨਾ ਵੀ ਇਹ ਕਿਉਂ ਲਗਾਉਣੇ ਜ਼ਰੂਰੀ ਨੇ। ਭਾਸ਼ਾ ਦੇ ਵਿੱਚ ਵਾਤਾਵਰਣ ਦੇ ਜਿਹੜੇ ਤੱਤਾਂ ਨੇ ਉਹਨਾਂ ਦੀ ਤੱਤਾਂ ਦੀ ਕਵਿਤਾ, ਸ਼ਬਦਾਵਲੀ, ਪਹਿਰੇ ਆਦਿ ਦੇ ਵਿੱਚ ਭਰਪੂਰ ਜਿਹੜੀ ਵਿਆਖਿਆ ਉਹ ਕੀਤੀ ਜਾਂਦੀ ਹੈ। ਸਾਡੇ ਸਮਾਜ ਦੇ ਵਿੱਚ ਵਾਤਾਵਰਣ ਦੀ ਜਿਹੜੀ ਸਿੱਖਿਆ ਦੇਣੀ ਬਹੁਤ ਹੀ ਅਹਿਮ ਨੀਤੀ ਹੈ, ਜਿਹਦੇ ਨਾਲ ਸਾਨੂੰ ਸਾਡੇ ਜਿਹੜਾ ਵਾਤਾਵਰਣ ਹੈ ਉਹਨੂੰ ਕਿਵੇਂ ਅਸੀਂ ਨੇ ਸਾਂਭ ਸੰਭਾਲ ਕਰਨੀ ਹੈ ਉਹਦੇ ਬਾਰੇ ਜਿਹੜੀ ਜਾਣਕਾਰੀ ਹੈ ਉਹ ਅਸੀਂ ਹਾਸਲ ਕਰ ਸਕਾਂਗੇ। ਅਤੇ ਐਂਡ 'ਤੇ ਅਸੀਂ ਇਹ ਕਹਿ ਸਕਦੇ ਹਾਂ ਵੀ ਇਸ ਜਿਹੜੀਆਂ ਇਹ ਪੁਸਤਕਾਂ ਨੇ ਅਤੇ ਸਮਾਜਿਕ ਪਰਿਵਰਤਨ ਦੇ ਵਿੱਚ ਇੱਕ ਟੂਲ, ਮੀਨਜ਼ ਇੱਕ ਸੰਦ ਦੀ ਜਿਹੜੀਆਂ ਭੂਮਿਕਾ ਨੇ ਉਹ ਨਿਭਾਉਂਦੀਆਂ ਨੇ। ਅਤੇ ਕਿਤਾਬਾਂ ਦੇ ਵਿੱਚ ਜਿਹੜਾ ਲਿੰਗ, ਵਾਤਾਵਰਣ ਅਤੇ ਸਿਹਤ ਦਾ ਜਿਹੜਾ ਚਿੱਤਰਨ ਆ ਉਹ ਉਸ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਜਿਹਦੇ ਨਾਲ ਅਸੀਂ ਜਿਹੜਾ ਜੈਂਡਰ ਡਿਸਕ੍ਰੀਮੀਨੇਸ਼ਨ ਹੈ ਉਹਨੂੰ ਖਤਮ ਕਰ ਸਕੀਏ। ਅਤੇ ਮਨੁੱਖੀ ਹੱਕਾਂ ਦੇ ਨਾਲ ਨਾਲ ਲਿੰਗ ਅਤੇ ਜਿਹੜਾ ਪੁਲਿੰਗ ਅਤੇ ਇਸਤਰੀ ਲਿੰਗ ਦੇ ਆਧਾਰ 'ਤੇ ਵੰਡ ਕਰਕੇ ਇਹਨਾਂ ਸਾਰਿਆਂ ਨੂੰ ਸਿੱਖਿਆ ਦੇਣ ਦਾ ਜਿਹੜਾ ਹੱਕ ਹੈ ਉਹ ਸਮਾਜ ਦੇ ਵਿੱਚ ਬਰਾਬਰਤਾ ਦਾ ਪ੍ਰਤੀਕ ਹੈ। ਅਤੇ ਸਮਾਜ ਦੀ ਤਰੱਕੀ ਨੂੰ ਕਾਇਮ ਰੱਖਣ ਦੇ ਲਈ ਵਾਤਾਵਰਣ ਅਤੇ ਸਿਹਤ ਦਾ ਵੀ ਪੁਸਤਕਾਂ ਦੇ ਵਿੱਚ ਚਿਤਰਨ ਕਰਕੇ ਚਿੰਤਨ ਕਰਨਾ ਬਣਦਾ ਹੈ। ਡੀਅਰ ਸਟੂਡੈਂਟਸ, ਇਸ ਵੀਡੀਓ ਦੇ ਵਿੱਚ ਇੰਨਾ ਹੀ। ਥੈਂਕਸ ਫਾਰ ਵਾਚਿੰਗ।